साखी का हिंदी वर्जन देखने के लिए डिस्क्रिप्शन देखें। श्री गुरु अंगद देव जी का पहला नाम भाई लहना जी सी। आप जी का प्रकाश 31 मार्च 1504 नु मत्ते दी सरां जिला फिरोजपुर पंजाब विच पिता फेरूमाल जी अते माता दया कौर जी दे घर विच होया। आप जी दे पिता फेरूमाल जी उस स्थान दे चौधरी तखतमाल दे कोल आमदन दा हिसाब रखन लई मुनीम दा काम करदे सन। आप जी दे पिता फारसी दे विद्वान सन अते गणित दे चंगे ज्ञाता होण दे कारण वही खत्ते दे काम विच चंगी तरह निपुण सन। उन्हां ने अपने पुत्र लहना जी दे लई सिख्या दिख्या दा विशेष प्रबंध किया। उह सनातन धर्म नूं मनन वाले सन, इस लई वैष्णो देवी दे भगत सन। ਉਹ ਧਾਰਮਿਕ ਕੰਮਾਂ ਵਿੱਚ ਬਹੁਤ ਰੁਚੀ ਰੱਖਦੇ ਸਨ। ਉਹਨਾਂ ਦੇ ਰੋਜ਼ਮਰਾ ਕੰਮ ਵਿੱਚ ਦੇਵੀ ਦੀ ਪੂਜਾ ਇੱਕ ਮਹੱਤਵਪੂਰਨ ਕੰਮ ਸੀ। ਉਹ ਸਾਲ ਵਿੱਚ ਇੱਕ ਵਾਰ ਦੇਵੀ ਦਰਸ਼ਨਾਂ ਦੇ ਲਈ ਜੰਮੂ ਦੇ ਨੇੜੇ ਕਟੜਾ ਨਗਰ ਜਾਇਆ ਕਰਦੇ ਸਨ। ਉਹਨਾਂ ਦੇ ਇਨ੍ਹਾਂ ਕਾਰਜਾਂ ਦਾ ਬਾਲਕ ਲਹਿਣਾ ਜੀ ਉੱਪਰ ਪੂਰਨ ਪ੍ਰਭਾਵ ਸੀ। ਫੇਰੂਮਾਲ ਜੀ ਇੱਕ ਬਹੁਤ ਹੀ ਉਜਲ ਜੀਵਨ ਵਾਲੇ ਵਿਅਕਤੀ ਸਨ। ਲਹਿਣਾ ਜੀ ਤੇ ਪਿਤਾ ਦੇ ਸੰਸਕਾਰਾਂ ਦਾ ਗਹਿਰਾ ਪ੍ਰਭਾਵ ਸੀ। ਉਹ ਸਮਾਜ ਸੇਵਾ ਵਿੱਚ ਬਹੁਤ ਰੁਚੀ ਰੱਖਦੇ ਸਨ ਅਤੇ ਦੀਨ ਦੁਖੀਆਂ ਦੀ ਸੇਵਾ ਉਹਨਾਂ ਦਾ ਮੁੱਖ ਲਕਸ਼ ਸੀ। ਉਹਨਾਂ ਨੂੰ ਜਦੋਂ ਵੀ ਸਮਾਂ ਮਿਲਦਾ ਯਾਤਰੀਆਂ ਨੂੰ ਜਲ ਪਿਲਾਣ ਦੀ ਸੇਵਾ ਕਰਦੇ ਸਨ। ਉਹ ਸੱਚੇ ਅਤੇ ਸੁੱਚੇ ਜੀਵਨ ਨੂੰ ਮਹੱਤਵ ਦਿੰਦੇ ਸਨ। ਬਾਲ ਕਾਲ ਵਿੱਚ ਜਦੋਂ ਉਹ ਆਪਣੇ ਮਿੱਤਰਾਂ ਦੇ ਨਾਲ ਖੇਡਦੇ ਸਨ ਤਾਂ ਕਦੀ ਵੀ ਛਲ ਕਪਟ ਦਾ ਖੇਡ ਨਾ ਖੇਡਦੇ ਅਤੇ ਨਾ ਹੀ ਖੇਡਣ ਦਿੰਦੇ ਸਨ। ਚੌਧਰੀ ਤਖਤਮਾਲ ਦੀ ਬੇਟੀ ਸਮਰਾਈ ਜੀ, ਜਿਨ੍ਹਾਂ ਦਾ ਘਰ ਦਾ ਨਾਮ ਵਿਰਾਈ ਸੀ, ਫੇਰੂਮਾਲ ਜੀ ਦੀ ਮੂੰਹ ਬੋਲੀ ਭੈਣ ਸੀ। ਉਹ ਆਪਣੇ ਭਤੀਜੇ ਲਹਿਣਾ ਜੀ ਦੇ ਨਾਲ ਬਹੁਤ ਸਨੇਹ ਕਰਦੇ ਸਨ। ਉਹਨਾਂ ਦਾ ਵਿਆਹ ਖਡੂਰ ਨਗਰ ਦੇ ਇੱਕ ਸੰਪੰਨ ਪਰਿਵਾਰ ਦੇ ਚੌਧਰੀ ਮਹਿਮੇ ਵਿੱਚ ਹੋਇਆ ਸੀ। ਕੁਝ ਸਮੇਂ ਦੇ ਬਾਅਦ ਭੂਆ ਵਿਰਾਈ ਜੀ ਨੇ ਆਪਣੇ ਭਤੀਜੇ ਲਹਿਣਾ ਜੀ ਦਾ ਵਿਆਹ ਵੀ ਖਡੂਰ ਤੋਂ 2 ਮੀਲ ਦੀ ਦੂਰੀ ਤੇ ਸਥਿਤ ਸੰਗਰ ਪਿੰਡ ਦੇ ਇੱਕ ਸਮ੍ਰਿਧ ਪਰਿਵਾਰ ਦੇਵੀ ਚੰਦ ਮਰਵਾ ਦੀ ਸਪੁੱਤਰੀ ਖੇਮਮਤੀ ਜੀ ਦੇ ਨਾਲ ਕਰਵਾ ਦਿੱਤਾ, ਜਿਨ੍ਹਾਂ ਦਾ ਘਰ ਦਾ ਨਾਮ ਖੀਵੀ ਜੀ ਸੀ। ਇਹ ਵਿਆਹ ਸੰਨ 1519 ਵਿੱਚ ਹੋਇਆ। ਉਸ ਸਮੇਂ ਲਹਿਣਾ ਜੀ ਦੀ ਉਮਰ ਸਿਰਫ 15 ਸਾਲ ਦੀ ਸੀ। ਉਹਨਾਂ ਨੇ ਆਪਣੇ ਪਿਤਾ ਜੀ ਦੇ ਸਹਿਯੋਗ ਦੇ ਨਾਲ ਮੱਤੇ ਦੀ ਸਰਾਏ ਵਿੱਚ ਇੱਕ ਛੋਟਾ ਜਿਹਾ ਵਪਾਰ ਆਰੰਭ ਕਰ ਦਿੱਤਾ। ਇਸ ਵਪਾਰ ਵਿੱਚ ਕਿਸਾਨਾਂ ਤੋਂ ਉਹਨਾਂ ਦੇ ਉਤਪਾਦਨ ਖਰੀਦ ਕੇ ਉਸ ਦੇ ਬਦਲੇ ਵਿੱਚ ਉਹਨਾਂ ਲੋਕਾਂ ਨੂੰ ਘਰੇਲੂ ਲੋੜਾਂ ਦੀ ਸਮੱਗਰੀ ਦੇਣਾ ਹੁੰਦਾ ਸੀ, ਜੋ ਕਿ ਹੌਲੀ ਹੌਲੀ ਵਿਕਸਿਤ ਹੋ ਗਿਆ। ਪਰ ਵਿਦੇਸ਼ੀ ਹਮਲਿਆਂ ਦੇ ਕਾਰਨ ਦੇਸ਼ ਵਿੱਚ ਸਥਿਰਤਾ ਨਾ ਰਹੀ। ਬਹੁਤ ਸਾਰੇ ਨਗਰਾਂ ਵਿੱਚ ਹਫੜਾ ਦਫੜੀ ਫੈਲ ਗਈ। ਕਾਨੂੰਨੀ ਵਿਵਸਥਾ ਖਰਾਬ ਹੋਣ ਦੇ ਕਾਰਨ ਲੋਕ ਦਿੱਲੀ ਪੇਸ਼ਾਵਰ ਦੇ ਮੁੱਖ ਮਾਰਗ ਦੇ ਨੇੜੇ ਦੇ ਸਥਾਨਾਂ ਨੂੰ ਛੱਡ ਕੇ ਦੂਰ ਦਰਾਜ ਦੇ ਖੇਤਰਾਂ ਵਿੱਚ ਵਸਣਾ ਉਚਿਤ ਸਮਝਣ ਲੱਗੇ। ਅਜਿਹੇ ਹਾਲਾਤਾਂ ਵਿੱਚ ਲਹਿਣਾ ਜੀ ਆਪਣੇ ਸਹੁਰੇ ਪਰਿਵਾਰ ਦੇ ਨੇੜੇ ਆਪਣੀ ਭੂਆ ਜੀ ਦੇ ਨਗਰ ਖਡੂਰ ਆ ਵਸੇ। ਉਸ ਵਕਤ ਉਹਨਾਂ ਦੀ ਉਮਰ 20 ਸਾਲਾਂ ਦੀ ਸੀ। ਖਡੂਰ ਨਗਰ ਵਿੱਚ ਉਹਨਾਂ ਨੇ ਉਹੀ ਕਿੱਤਾ ਅਪਣਾਇਆ। ਉਹਨਾਂ ਦਾ ਕਿੱਤਾ ਹੌਲੀ ਹੌਲੀ ਫੈਲਣ ਲੱਗਾ। ਇੱਥੇ ਵੀ ਉਹਨਾਂ ਦੇ ਪਿਤਾ ਸ਼੍ਰੀ ਫੇਰੂਮਾਲ ਜੀ ਨੇ ਦੁਰਗਾ ਦੇਵੀ ਦੇ ਭਗਤਾਂ ਦੀ ਇੱਕ ਮੰਡਲੀ ਬਣਾ ਲਈ, ਜੋ ਸਾਲ ਵਿੱਚ ਇੱਕ ਵਾਰ ਦੇਵੀ ਦੇ ਦਰਸ਼ਨਾਂ ਦੇ ਲਈ ਸਾਥੀਆਂ ਦੇ ਨਾਲ ਜਾਂਦੀ ਸੀ। ਕੁਝ ਸਮੇਂ ਬਾਅਦ ਉਹਨਾਂ ਦੀ ਸਿਹਤ ਵਿਗੜਨ ਲੱਗੀ, ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ। ਹੁਣ ਘਰ ਵਿੱਚ ਸਾਰੇ ਤਰ੍ਹਾਂ ਦੇ ਕੰਮਾਂ ਦੀ ਜ਼ਿੰਮੇਵਾਰੀ ਲਹਿਣਾ ਜੀ ਉੱਪਰ ਆ ਗਈ। ਲਹਿਣਾ ਜੀ ਦੇ ਘਰ ਕ੍ਰਮਵਾਰ 4 ਸੰਤਾਨਾਂ ਦਾ ਜਨਮ ਹੋਇਆ। ਪੁੱਤਰ ਦਾਤੂ ਜੀ, ਦਾਸੂ ਜੀ, ਪੁੱਤਰੀਆਂ ਅਮਰੋ ਜੀ ਅਤੇ ਅਨੋਖੀ ਜੀ। ਇਸ ਤਰ੍ਹਾਂ ਗੁਰੂ ਜੀ ਖਡੂਰ ਨਗਰ ਵਿੱਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ। ਇੱਕ ਦਿਨ ਅੰਮ੍ਰਿਤ ਵੇਲੇ ਖਡੂਰ ਨਗਰ ਦੇ ਖੂਹ ਤੇ ਇਸ਼ਨਾਨ ਕਰਦੇ ਸਮੇਂ ਭਾਈ ਲਹਿਣਾ ਜੀ ਨੇ ਇੱਕ ਵਿਅਕਤੀ ਦੇ ਮੁਖ ਤੋਂ ਮਧੁਰ ਸਵਰ ਵਿੱਚ ਕੁਝ ਪੰਕਤੀਆਂ ਸੁਣੀਆਂ। ਉਹ ਵਿਅਕਤੀ ਗੁਰਬਾਣੀ ਦਾ ਪਾਠ ਕਰ ਰਿਹਾ ਸੀ। ਜਿਸ ਮਾਲਕ ਦਾ ਸਿਮਰਨ ਕਰਨ ਨਾਲ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ। ਜਦੋਂ ਮਨੁੱਖ ਨੇ ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਭੁਗਤਣਾ ਹੈ, ਤਾਂ ਫਿਰ ਕੋਈ ਬੁਰੀ ਕਮਾਈ ਨਹੀਂ ਕਰਨੀ ਚਾਹੀਦੀ, ਜਿਸ ਨਾਲ ਬੁਰਾ ਫਲ ਖੁਦ ਹੀ ਭੋਗਣਾ ਹੈ। ਜਿਸ ਨਾਲ ਬੁਰਾ ਫਲ ਭੋਗਣਾ ਪਵੇ, ਬੁਰਾ ਕੰਮ ਭੁੱਲ ਕੇ ਵੀ ਨਾ ਕਰੀਏ।
गहरी विचार वाली नजर मार के देख लवो, बुरे काम दा नतीजा की मिलेगा। कोई अजिहा काम नहीं करना चाहिदा जिस नाल प्रभु पति दी प्रीत टूटे। मनुखा जन्म पा के कोई नफे वाली मेहनत ही करनी चाहिदी है जिस नाल परमात्मा दे द्वार ते आपनू स्थान मिले। ए पंक्तियां गान वाले व्यक्ति सन खडूर नगर दे भाई जोधा जी, जो इसे पिंड विच बड़ी मेहनत दा काम करदे सन। जिवें ही ध्यान पूर्वक ए पंक्तियां भाई लैना जी ने सुनिया ता उन्हां नूं अपनियां सारियां समस्यावां दा हल इस बाणी विच साफ हो गया। इशनान करन तो पिछों भाई लैना जी ने भाई जोधा जी नूं निम्रता पूर्वक पुछया, आप जी जो रचना पढ़ रहे हो ओ किस महापुरुष दी है? इस ते भाई जोधा जी ने उत्तर दिता, नदी दे तट ते बसे नगर करतारपुर विच एक पूर्ण समर्थ पुरख रहंदे हन जिन्हां दा नाम नानक देव जी है, ओही इस वाणी दे रचेता हन। ए सुन के भाई लैना जी नूं याद आ गया कि मेरी भुआ जी वी तां उन्हां महापुरशां दे विषय बारे हर रोज चर्चा करदे रहंदे हन अते ओ उन्हां दे दर्शनां लई कदी कदाई जांदे वी रहंदे हन। ए सब सोच के भाई लैना जी मन ही मन विच विचार करन लगे कि मैनूं वी उन्हां महापुरशां दे दर्शन जरूर करने चाहिदे हन, क्योंकि उन्हां दी बाणी विच जीवन दा सार है। जदों की असी लोग जो देवी पूजा दी याद विच भेटा गांदे हां, ओ अध्यात्मिक दुनिया विच लुप्त हो के रह जांदियां हन, क्योंकि ओ कोरी कल्पना मात्र तो रची गईयां हुंदियां हन। जदों की ओ बानी ज्ञान ते आधारित है, अजिहा प्रतीत हुंदा है कि रचेता प्रभु विच विलीन हो के गा रहे हन। हुन लैना जी ने निर्णा लिया कि इस साल देवी दर्शना दे लई जावांगा ता रस्ते विच रुक के ओ महापुरशां दे दर्शन वी जरूर करांगा। शायद इन्ना कोल मेनू पूर्ण ज्ञान प्राप्त हो जावे जिस लई मैं कई सालां तो कोशिश कर रहा हां। भाई लैना जी अपने पिता श्री फेरूमाल जी दे देहांत पिछों उन्हां दे स्थान ते खडूर नगर दे देवी भगतां दी अगवाई करदे सन। इस साल भी उन्हां ने भगत मंडली नूं कटड़ा देवी दे स्थान लै जाण दी योजना बनाई। अपनी पंसारी दी दुकान दा घर अपने पुत्रां नूं सौंप के आप निश्चित समय मन विच गुरु दर्शना दी आस लै के देवी भगतां दी मंडली लै के चल पए। रस्ते विच रावी नदी पार करके करतारपुर पहुंचे, पर अपने होर साथियां नूं नगर तों बाहर सराह विच आराम करन दी बेनती कीती। दूजे पासे श्री गुरु नानक देव जी अपने खेतां विच खूह तों पानी दे रहे सन। उस समय एक घोड़सवार नौजवान उन्हां कोल आया ते पुछण लगा, बाबा जी मैनूं नानक देव जी दे कोल जाना है, कृपा आप रस्ता दस दियो। इस ते गुरु जी ने कहा, नौजवान मैं तुहानूं पहुंचा दिंदा हां। अते ओह घोड़े दी लगाम अपने हत्थां विच लै के गलियां विच चल पए। हवेली पहुंचन पिछों गुरु जी ने नौजवान नूं कहा, आप ए घोड़ा सामने दरखत दे नाल बांध दवो अते अंदर चले जाओ। इन्ने विच गुरु जी अपने आसन ते जा बैठे। घोड़ा बन के जदों युवक अंदर दरबार स्थान ते पहुंचया ता हैरान होया ते पुछन लगा, आप ही गुरु नानक देव जी हो? इस ते गुरु जी ने मुस्कुरा के कहा, हां मैं ही नानक हां। नौजवान ने कहा, खिमा कर दियो, मैं आप जी नूं पहचानदा नहीं सी, नहीं ता अजेही अवग्या कदी ना करदा। मैं घोड़े ते सवार सी ते आप मेरे मारक दर्शक, ए मेरे तो की अनर्थ हो गया? गुरु जी ने उत्तर दिता, नौजवान आप जी दा की ना आए? ओ कहन लगे, मेरा नाम लैना है। ए सुन के गुरु जी ने कहा, तुहाडा नाम लैना है ता तुसी लैनदार हो अते असी देनदार हां। बस एही कारण है कि तुसी घोड़े ते सवार सी ते असी पैदल तुहाडे घोड़े दे मारक दर्शक। इस विच चिंता करन दी कोई गल नहीं। भाई लैना जी गुरु जी दी निम्रता सादगी अते सधारण किसानां दा जीवन देख के बड़े ही प्रभावित होए। गुरु जी ने भाई लैना जी नूं जल पानी छकाया अते बड़े आदर सन्मान दे नाल सेवा कीती। आराम करन लई उन्हां नूं एक विशेष कमरे विच ठहराया अते संध्या दे दरबार विच शामिल होण लई कहा। संध्या दे दरबार विच संगत मिल जुल के कीर्तन करन लगी। उस तों बाद गुरु जी दा प्रवचन सुनन लगे। भाई लैना जी नूं ए प्रवचन बड़े ही चंगे लगे।
उन्हां ने मन विच विचार किया कि मैं अज तक मन दी शांति दी इच्छा लई भटक रहा हां। मैं हुन एथे गुरु जी दे कोल रुक के ज्ञान दी प्राप्ति करांगा, जिस नाल मैं अपनियां इच्छावां ते नियंत्रण कर सका। भाई लैना जी ने अपने साथियां नूं कहा कि वो अपनी यात्रा ते अग्गे चले जान, पर वो खुद नहीं जा सकनगे क्योंकि वह जिस उद्देश नूं लै के घर तों चले सन वो इत्थे पूरा हो गया है। सतनाम श्री वाहिगुरु। हुण तुसीं साडी एप्लीकेशन विच साखियां कैटेगरी वाइज देख सकते हो, गुरबाणी सुन सकते हो अते पढ़ सकते हो। ऐप डाउनलोड करन दे लई अते सानू सपोर्ट करन लई डिस्क्रिप्शन देखो। सतनाम श्री वाहिगुरु।